ਜੰਡਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜੰਡਿਆਲਾ ਪੁਲਿਸ ਵੱਲੋਂ ਪਿਛਲੇ ਕਈ ਦਿਨਾਂ ਤੋਂ ਹੋ ਰਹੇ ਟਰੈਕਟਰਾਂ ਦੀ ਚੋਰੀ ਤੇ ਲੁੱਟਖੋਹ ਦੀ ਵਾਰਦਾਤਾਂ ਨੂੰ ਲੈ ਕੇ ਗਿਰੋਹ ਦੇ ਦੋ ਮੁੱਖ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। SHO ਮੁਖਤਾਰ ਸਿੰਘ ਨੇ ਦੱਸਿਆ ਕਿ 8 ਦੇ ਕਰੀਬ ਗਿਰੋਹ ਦੇ ਮੈਂਬਰ ਸਨ, ਜਿਨ੍ਹਾਂ ਵਿੱਚੋਂ ਦੋ ਮੁੱਖ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਹਨਾਂ ਕੋਲੋਂ ਦੋ ਟਰੈਕਟਰ ਜਿਹੜੇ ਇਹਨਾਂ ਚੋਰੀ ਕੀਤੇ ਸਨ ਉਹ ਵੀ ਬਰਾਮਦ ਹੋਏ ਨੇ। ਬਾਕੀ ਦੇ ਇਹਨਾਂ ਦੇ ਗਿਰੋਹ ਦੇ 6 ਮੈਂਬਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਹਗੀਰਾਂ ਨੂੰ ਹਥਿਆਰਾਂ ਦੀ ਨੋਕ ਤੇ ਲੁੱਟਾ ਖੋਹਾਂ ਕਰਦੇ ਸਨ ਤੇ ਪਿਛਲੇ ਦਿਨੀ ਜਿਹੜੇ ਕਣੀਏ ਕੇ ਬਾਂਗਰ ਤੇ ਕੱਥੂ ਨੰਗਲ ਵਿੱਚ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀ ਤੇ ਇਹ ਬਲਾਈਂਡ ਕੇਸ ਸੀ ਜਿਸ ਦੀ ਗੁੱਥੀ ਜੰਡਿਆਲਾ ਪੁਲਿਸ ਵੱਲੋਂ ਸੁਲਝਾ ਲਈ ਗਈ ਹੈ। ਉਹਨਾਂ ਜਾਣਕਾਰੀ ਦਿੰਦੇ ਹੋਏ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ। ਇਹ ਨਾ ਪਿਛਲੇ ਇੱਕ ਹਫ਼ਤੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਵੇਂ ਕੱਥੂ ਨੰਗਲ, ਬਿਆਸ ਤੇ ਬਟਾਲੇ ਜ਼ਿਲ੍ਹੇ ਦੇ ਵਿੱਚ ਸ਼ੇਖਵਾਂ ਘਣੀਏ ਕੇ ਬਾਂਗਰ ਅਤੇ ਸ਼ੇਖਵਾਂ ਭੱਠਿਆਂ ਤੋਂ ਇੱਕ ਗੈਂਗ ਵਾ ਭੱਠਿਆਂ ਤੋਂ ਲੇਬਰ ਨੂੰ ਬੰਦੀ ਬਣਾ ਕੇ ਉੱਥੋਂ ਟਰੈਕਟਰ ਹਥਿਆਰਾਂ ਦੀ ਨੋਕ ਤੇ ਟਰੈਕਟਰ ਤੇ ਵਹੀਕਲ ਤੇ ਮੋਟਰਸਾਈਕਲ ਵਗੈਰਾ ਖੋਹਾਂ ਕਰਦੇ ਸੀ। ਰਾਹਗੀਰਾਂ ਕੋਲ ਵੀ ਇਹ ਹੁੰਦੇ ਸੀ। ਉਹ ਇਨਫੋਰਮੇਸ਼ਨ ਮਿਲਣ 'ਤੇ ਅੱਜ ਇਹ ਗਰੋਹ ਦੇ 8 ਮੈਂਬਰ ਨੇ ਕੋਲ, ਜਿਨ੍ਹਾਂ ਦਾ ਮੇਨ ਸਰਗਣਾ ਜੁਗਰਾਜ ਸਿੰਘ ਜੱਗਾ ਵਾ ਪਿੰਡ ਧੀਰੇਕੋਟ ਦਾ, ਉਹਨਾਂ ਦੇ ਵਿੱਚੋਂ ਦੋ ਕੁਲਦੀਪ ਸਿੰਘ ਕੀਪਾ ਅਤੇ ਪਾਰਸਦੀਪ ਗਹਿਰੀ ਮੰਡੀ, ਇਹ ਦੋ ਫੜੇ ਗਏ ਨੇ। ਇਹਨਾਂ ਦੇ ਕੋਲੋਂ ਦੋ ਟਰੈਕਟਰ, ਇੱਕ ਸੋਨਾਲੀਕਾ ਜਿਹੜਾ ਘਣੀਏ ਕੇ ਬਾਂਗਰ ਥਾਣੇ ਤੋਂ ਇਹਨਾਂ ਨੇ ਭੱਠੇ ਤੋਂ ਖੋਹ ਕੀਤਾ ਸੀ ਗਨ ਪੁਆਇੰਟ 'ਤੇ, ਅਤੇ ਇੱਕ ਟਰੈਕਟਰ ਹੋਰ ਸਵਰਾਜ। ਦੋ ਟਰੈਕਟਰ ਬਰਾਮਦ ਹੋ ਚੁੱਕੇ ਨੇ ਅਤੇ ਦੋ ਇਹਨਾਂ 'ਚ ਮੁਲਜ਼ਮ ਜਿਹੜੇ ਫੜੇ ਜਾ ਚੁੱਕੇ ਆ। ਬਾਕੀ 6 ਬਾਕੀ ਨੇ, ਸਾਡੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ ਜੀ, ਜਿਹੜੀਆਂ ਰਾਹਗੀਰਾਂ ਨੂੰ ਲੁੱਟਦੇ ਨੇ ਜਾਂ ਭੱਠੇ ਲੁੱਟਦੇ ਨੇ ਗਨ ਪੁਆਇੰਟਾਂ 'ਤੇ, ਦਹਿਸ਼ਤ ਪਾ ਕੇ ਉਹ ਬਾਕੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਅਤੇ ਕਾਰਵਾਈ ਕੀਤੀ ਜਾ ਰਹੀ। ਕੱਥੂ ਨੰਗਲ ਵਿੱਚ ਵੀ 50,000 ਦੀ ਲੁੱਟ ਹੋਈ, ਉਹ ਵੀ ਇਹਨਾਂ ਦਾ? ਇਹ ਉਹੀ ਗੈਂਗ ਆ ਜੀ। ਇਹਨਾਂ 8 ਬੰਦਿਆਂ ਨੇ ਪਹਿਲਾਂ ਘਣੀਏ ਕੇ ਬਾਂਗਰ ਪਿੰਡ ਸ਼ੇਖਵਾਂ ਤੋਂ ਟਰੈਕਟਰ ਸੋਨਾਲੀਕਾ ਲੁੱਟਿਆ, ਜਿਹੜਾ ਅੱਜ ਬਰਾਮਦ ਕੀਤਾ ਸਾਡੀ ਪੁਲਿਸ ਟੀਮਾਂ ਨੇ, ਅਤੇ ਬਾਅਦ 'ਚ ਕੱਥੂ ਨੰਗਲ ਏਰੀਏ 'ਚੋਂ ਹਰੀਆ ਪਿੰਡ 'ਚੋਂ ਵਾਪਸ ਆਉਂਦਿਆਂ ਇਹਨਾਂ ਨੇ 45,000 ਦੀ ਖੋਹ ਮੋਟਰਸਾਈਕਲ ਅਤੇ ਮੋਬਾਈਲ ਰਾਹਗੀਰਾਂ ਕੋਲ ਲੁੱਟੇ। ਉਸ ਤੋਂ ਬਾਅਦ ਬਿਆਸ, ਸਠਿਆਲਾ ਅਤੇ ਬਾਲਸਰਾਂ ਦੇ ਵਿੱਚ ਭੱਠਾ ਜੀ, ਉੱਥੇ ਲੇਬਰ ਨੂੰ ਬੰਦੀ ਬਣਾ ਕੇ ਉਹਨਾਂ ਕੋਲੋਂ ਵੀ 8-9 ਬੈਟਰੀਆਂ ਇਹਨਾਂ ਨੇ ਉੱਥੋਂ ਲੁੱਟ ਕੀਤੀ। ਇਹ ਗਰੋਹ ਦੇ 2 ਮੈਂਬਰ ਫੜੇ ਗਏ ਜੀ। ਗਰੋਹ ਜਿਹੜਾ ਉਹ ਸਾਹਮਣੇ ਆ ਚੁੱਕਾ, ਪਹਿਲਾਂ ਅਨਬਲਾਈਂਡ ਕੇਸ ਸੀਗੇ ਜੀ, ਕੇਸ ਟੇਸ ਹੋ ਚੁੱਕੇ ਨੇ ਸਾਰੇ ਤਿੰਨਾਂ ਦੋਵਾਂ ਜ਼ਿਲ੍ਹਿਆਂ ਦੇ, ਅਤੇ 2 ਬੰਦੇ ਫੜੇ ਜਾ ਚੁੱਕੇ, ਬਾਕੀ ਬਹੁਤ ਜਲਦ ਅਸੀਂ ਗ੍ਰਿਫਤਾਰ ਕਰ ਰਹੇ ਹਾਂ। ਇਹਨਾਂ ਕੋਲ ਹਥਿਆਰ ਵੀ ਕੋਈ ਬਰਾਮਦੀ ਹੋਈ? ਹਥਿਆਰ ਬਰਾਮਦ ਇਹਨਾਂ ਦੋਵਾਂ ਕੋਲ ਨਹੀਂ, ਜਿਹੜੇ ਬਾਕੀ 6 ਨੇ ਉਹਨਾਂ ਕੋਲ ਭਗੌੜੇ ਨੇ, ਭੱਜੇ ਹੋਏ ਆ, ਟੀਮਾਂ ਲੱਗੀਆਂ, ਉਹਨਾਂ ਕੋਲ ਹਥਿਆਰ ਨੇ ਜੀ। ਇਹਨਾਂ ਕੋਲ ਇੱਕ 315 ਬੋਰ ਰਾਈਫਲ ਆ, 2 ਪਿਸਤੌਲ ਨੇ ਜੀ। ਬਹੁਤ ਜਲਦ ਬਾਕੀ ਵੀ ਗ੍ਰਿਫਤਾਰ ਕੀਤੇ ਜਾਣ। ਮੋਟਰ ਦੀ ਤਫਤੀਸ਼ ਕੀ ਸਾਹਮਣੇ ਆਈ? ਤਫਤੀਸ਼ 'ਚ ਇਹੀ ਆ ਜੀ, ਇਹਨਾਂ ਨੇ ਗਰੋਹ ਬਣਾਇਆ ਹੋਇਆ, ਇਹ ਭੱਠਿਆਂ ਵਗੈਰਾ ਦੇ ਲੇਬਰ ਨਾਲ ਮਿਕਸਅਪ ਹੋ ਕੇ ਲੁੱਟ ਖੋਹ ਕਰਦੇ ਆ, ਅਤੇ ਉਸ ਤੋਂ ਇਲਾਵਾ ਰਾਹਗੀਰਾਂ ਨੂੰ ਲੁੱਟਦੇ ਆ ਜੀ। ਅਤੇ ਜਲਦੀ ਹੀ ਇਹਦਾ ਪਰਦਾਫਾਸ਼ ਹੀ ਕਰ ਦਿੱਤਾ ਗਿਆ, ਬਾਕੀ ਵੀ ਜਿਹੜੇ ਰਹਿੰਦੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਾ ਰਹੇ। ਇਹ ਕ੍ਰਿਮੀਨਲ ਆ ਜੀ? ਹਾਂਜੀ, ਇਹਨਾਂ ਦਾ ਕ੍ਰਿਮੀਨਲ ਪਿਛੋਕੜ ਸਾਰਿਆਂ ਦਾ ਦੇਖਿਆ ਗਿਆ। ਜਿਹੜਾ ਜੁਗਰਾਜ ਜੱਗਾ, ਇਹਦੇ 'ਤੇ ਵੀ ਪਹਿਲਾਂ 8 ਪਰਚੇ ਦਰਜ ਨੇ, ਬਾਕੀਆਂ ਦੇ ਵੀ ਅਸੀਂ ਪਿਛੋਕੜ ਜਿਹੜਾ ਜਾਂਚ ਰਿਹਾ ਜੀ। ਕੋਈ ਨਸ਼ੇ ਨਾਲ ਸੰਬੰਧੀ ਹੈਗਾ ਨਾ? ਨਹੀਂ, ਨਸ਼ੇ ਨਾਲ ਤੱਕ ਨਹੀਂ, ਬਾਕੀ ਇਨਵੈਸਟੀਗੇਸ਼ਨ 'ਚ ਅੱਗੇ ਜਿਹੜੀ ਗੱਲ ਹੋਊ ਆਪਾਂ। ਠੀਕ ਹੈ, ਥੈਂਕ ਯੂ। ਜੰਡਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ।